जनाबे अली आल पाकिस्तान शौक शिकार अस्सलाम वालेकुम मेरे प्यारे पाकिस्तानी और पूरी दुनिया च मेरा यूट्यूब चैनल असद गिलानी टीवी चैनल देखने वाले पूरी दुनिया च सारे बेलिया नू अस्सलाम वालेकुम आज बहुत अच्छा प्रोग्राम लेके आया सेकंड पार्ट नेक्स्ट पार्ट दूसरी किस्त टॉप 10 लेजेंड 10 ऐसे कुत्ते उन्हां दा प्रोग्राम लेके आए जिहड़े 4-4 5-5 7-8 मैच भी लड़े और कोरे ही मरे लेजेंड जिन्हां दे नां पूरी दुनिया च बहुत मशहूर उन्हां दे मालिक बहुत अच्छे वीर जिन्हां ने उन्हां दी बहुत खिदमत कीती और उन्होंने बड़े नां बनाए पूरी दुनिया च टॉप 10 लेजेंड प्रोग्राम जनाबे अली पहला कुत्ता इन्हां दसां कुत्तियां चों कुत्ते दे मालिक हाजी मलिक जमीर खोखर सीनियर सरप्रस्त आला आल पाकिस्तान पाक जनून ग्रुप कोई पूछे तो बताना जनून वाले आए थे सदर चौधरी मोहसन आबाज भट्टी सरप्रस्त आला मलिक इतशाम खोखर ਹਾਜੀ ਮਲਕ ਜ਼ਮੀਰ ਸਾਹਿਬ ਦਾ ਜ਼ਾਤੀ ਕੁੱਤਾ ਕੁੱਤੇ ਦਾ ਨਾਂ 9MM 4 ਮੈਚ ਵਿਨਰ ਕੋਰਾ ਮਰਿਆ ਰੰਗ ਰੱਤਾ ਆਲ ਪਾਕਿਸਤਾਨ ਚੈਂਪੀਅਨ 4 ਦਫ਼ਾ ਪਹਿਲਾ ਪੈਂਥਰ ਕਸ਼ਮੀਰ ਗਰੁੱਪ ਦੀ ਤਰਫੋਂ ਮੈਚ ਲੜਿਆ ਫਿਰ ਮਿਰਜ਼ਾ ਖਾਲਦ ਸਾਹਿਬ ਦਾ ਕੁੱਤਾ ਸੀ ਉਹਦੇ ਨਾਲ ਗਾਂਢੀ ਹੋ ਕੇ ਲੜਿਆ ਜੀ ਫਿਰ ਸਿਆਲਕੋਟ ਚੌਥਾ ਮੈਚ ਪਹਿਲਾ ਮੈਚ ਜਦੋਂ ਗਰੁੱਪ ਬਣਿਆ ਆਲ ਪਾਕਿਸਤਾਨ ਪਾਕ ਜਨੂਨ ਗਰੁੱਪ ਚਾਚਾ ਅਨਵਰ ਖਾਨ ਬਲੋਚ ਨਾਲ ਮੈਚ ਸੀ ਉੱਥੇ ਲੜਿਆ ਸੀ ਰਾਜਾ ਬਿੱਲੂ ਵਾਲੇ ਕੁੱਤੇ ਨਾਲ ਕਿਆ ਬਾਤ ਹੈ ਬਹੁਤ ਅੱਛਾ ਕੁੱਤਾ ਸੀ ਕਿਆ ਬਾਤ ਹੈ ਜਨਾਬੇ ਅਲੀ ਦੂਸਰਾ ਕੁੱਤੇ ਦਾ ਨਾਂ ਲਾਹੌਰੀ ਉਸਦੇ ਮਾਲਿਕ ਬਾਬੂ ਅਮਜਦ ਭੱਟ ਸਾਹਿਬ ਰਹਿਮਾਨ ਡੇਰੀ ਲਾਹੌਰ ਜਨਾਬੇ ਅਲੀ 6 ਮੈਚ ਲਾਹੌਰੀ ਲੜਿਆ ਜੀ ਕਿਆ ਬਾਤ ਹੈ ਬਲੱਡ ਲੈਨ ਨਿੱਕੂ ਸ਼ਾਹ ਵਾਲਾ ਪੱਟ ਭੱਜਾ ਜਿਹੜਾ ਸੀ ਉਸਦਾ ਬੱਚਾ ਜੀ ਲਾਹੌਰੀ ਨਿੱਕੂ ਸ਼ਾਹ ਦਾ ਅਸਲ ਨਾਮ ਸੀ ਪੀਰ ਅਹਿਮਦ ਸੁਲਤਾਨ ਬੋਦਲਾ ਔਰ ਉਹ ਇੱਕ ਐਕਸੀਡੈਂਟ 'ਚ ਫੌਤ ਹੋ ਗਏ ਸੀ ਪੀਰ ਨਿੱਕੂ ਸ਼ਾਹ ਇਹ ਉਹਨਾਂ ਦਾ ਨਿਕਨੇਮ ਸੀ ਉਲਟਾ ਨਾਂ ਸੀ ਸਿੱਧਾ ਨਾਂ ਸੀ ਅਹਿਮਦ ਸੁਲਤਾਨ ਬੋਦਲਾ ਲਓ ਤੁਸੀਂ ਅੱਜ ਪੀਰ ਨਿੱਕੂ ਸ਼ਾਹ ਦੀ ਵੀ ਤਸਵੀਰ ਦੇਖੋ ਜੀ ਅੱਲਾਹ ਤਾਲਾ ਜਨਤ ਆਲਾ ਮੌਕਾ ਮਤਾ ਫਰਮਾਏ ਬਹੁਤ ਐਸਾ ਸ਼ੌਕ ਸ਼ਿਕਾਰ ਪਾਕਿਸਤਾਨ 'ਚ ਜਿਹਦੇ ਨਾਂ ਪੀਰ ਨਿੱਕੂ ਸ਼ਾਹ ਇਹਨਾਂ ਦਾ ਅਸਲ ਨਾਮ ਪੀਰ ਅਹਿਮਦ ਸੁਲਤਾਨ ਬੋਦਲਾ ਲਓ ਜੀ ਲਾਹੌਰੀ 6 ਮੈਚ ਲੜਿਆ ਪਹਿਲਾ ਬਹੁਤ ਬੜਾ ਮੈਚ ਹੋਇਆ ਸੀ ਚੱਠਾ ਸਾਹਿਬ ਦਾ ਤਾਂ ਖਾਨ ਕਯੂਮ ਸਾਹਿਬ ਦਾ ਅਕਮਲ ਫਤਿਆਣਾ ਸਾਹਿਬ ਦਾ ਅਤੇ ਬਾਬਾ ਅਮਜਦ ਭੱਟ ਸਾਹਿਬ ਦਾ ਇਹ ਦੋਨੋਂ ਸਾਲਸ ਸੀ ਲਾਹੌਰੀ ਅਤੇ ਉਹਨਾਂ ਦਾ ਕੁੱਤਾ ਲੜੇ 6-7 ਮਿੰਟ ਬਾਅਦ ਬਰਾਬਰ ਫੜ ਲਏ ਸੀ ਦੂਸਰਾ ਮੈਚ ਹਾਜੀ ਨਸੀਮ ਮੇਤਲੇ ਵਾਲੇ ਤੋਂ ਜਿੱਤ ਹਾਸਲ ਕੀਤੀ ਤੀਸਰਾ ਮੈਚ ਚੌਧਰੀ ਮੁਨੀਰ ਜੱਟ ਆਫ ਲਈਆ ਉੱਥੋਂ ਜਿੱਤ ਹਾਸਲ ਕੀਤੀ ਚੌਥਾ ਰਾਜਾ ਫੈਸਲ ਮਰਹੂਮ ਉਹਨਾਂ ਦਾ ਰੱਤਾ ਡੱਬਾ ਕੁੱਤਾ ਸੀ ਉਸ ਤੋਂ ਜਿੱਤ ਹਾਸਲ ਕੀਤੀ ਫਿਰ ਪੰਜਵਾਂ ਮੈਚ ਬਾਦਲ
ਖਾਨ ਅਬਦੁਲ ਕਯੂਮ ਖਾਨ ਸਾਹਿਬ ਦਾ ਬਰਾਬਰ ਹੋਇਆ ਜੀ। ਪੱਤੋ ਕੀ ਛੇਵਾਂ ਮੈਚ ਗਾਂਢੀ ਜੋੜ ਸ਼ਾਮ ਕੇ ਭੱਟੀਆਂ ਜਨਾਬ ਚੌਧਰੀ ਅਰਫਾਨ ਹੰਜਰਾ ਉਹਨਾਂ ਦਾ ਕੁੱਤਾ ਸੀ ਜਨਾਬ ਸ਼ਿਕਰਾ, ਸ਼ਿਕਰਾ ਮਾਰਿਆ ਸੀ ਜੀ ਲਾਹੌਰੀ ਨੇ, ਫਿਰ ਜਿੱਤ ਹਾਸਲ ਕੀਤੀ ਜਨਾਬ। ਨੰਬਰ 3 ਚੌਧਰੀ ਮੁਸ਼ਤਾਕ ਅਲ ਮਰੂਫ ਆਵਾਮੀ ਆਲ ਪਾਕਿਸਤਾਨ ਪਾਕ ਸ਼ਹੀਨ ਗਰੁੱਪ ਜਨਾਬ ਰਾਣਾ ਇਜਾਜ਼ ਤਹਿਸੀਲਦਾਰ ਸਾਹਿਬ ਦੇ ਬੇਲੀ ਭਾਈ, ਉਹਨਾਂ ਦਾ ਕੁੱਤਾ ਸੀ ਡੇਂਜਰ ਜਨਾਬ। ਇਹ ਆਇਆ ਸੀ ਮੁਲਤਾਨ ਤੋਂ ਫਤਿਹ ਮੁਹੰਮਦ ਔਜਲਾ, ਉਹਨਾਂ ਨੇ ਗਿਫਟ ਕੀਤਾ ਸੀ ਜੀ ਮੁਸ਼ਤਾਕ ਆਵਾਮੀ ਸਾਹਿਬ ਨੂੰ। ਇਹਦਾ ਮੈਂ ਤੁਹਾਨੂੰ ਇੱਕ ਹੀ ਮੈਚ ਦੱਸਾਂਗਾ, ਗੋਜਰੇ ਮੈਚ ਹੋਇਆ ਸੀ ਬਹੁਤ ਬੜਾ, ਖਾਨ ਕਯੂਮ ਸਾਹਿਬ ਵਾਲੇ ਨਾਗੀ ਨਾਲ ਲੱਗਿਆ ਸੀ ਡੇਂਜਰ ਚੌਧਰੀ ਮੁਸ਼ਤਾਕ ਆਵਾਮੀ ਵਾਲੇ ਦਾ, ਅਤੇ ਡੇਂਜਰ ਨੇ ਉੱਥੇ ਨਾਗੀ ਨੂੰ ਮਾਰਿਆ ਸੀ ਜੀ। ਕਿਆ ਬਾਤ ਹੈ, ਆਲ ਪਾਕਿਸਤਾਨ ਚੈਂਪੀਅਨ ਡੇਂਜਰ ਲੈਜੈਂਡ ਜਿਹੜਾ ਅੱਜ ਤੱਕ ਨਹੀਂ ਹਾਰਿਆ, ਕੋਰਾ ਹੀ ਮਰਿਆ ਜੀ। ਜਨਾਬੇ ਅਲੀ ਨੰਬਰ 4 ਕੁੱਤੇ ਦੇ ਮਾਲਕ ਮਲਿਕ ਖਾਲਦ ਇੰਸਪੈਕਟਰ ਸੋਹਣਾ ਵੀਰ ਸੀਨੀਅਰ ਨੈਬ ਸਦਰ ਆਲ ਪਾਕਿਸਤਾਨ ਚੱਠਾ ਗਰੁੱਪ ਰਈਸ ਆਜ਼ਮ ਇਲਾਕਾ ਮਨਾਵਾ, ਉਹਨਾਂ ਦਾ ਕੁੱਤਾ ਬਰੜਾ ਬਰੜਾ ਬੜਲਾ ਜੋ ਵੀ ਕਹਿ ਲਓ ਜੀ, ਕਿਆ ਬਾਤ ਹੈ ਜੀ, ਬਹੁਤ ਬੜੀ ਬਰੜੇ ਨੇ ਜਿੱਤ ਹਾਸਿਲ ਕੀਤੀ। ਇਹ ਮੈਚ ਹੋਇਆ ਸੀ ਬੈਰੀਆ ਟਾਊਨ ਲਾਹੌਰ। ਵਾਹ ਬਰੜਾ ਆਲ ਪਾਕਿਸਤਾਨ ਚੈਂਪੀਅਨ, ਬਰੜੇ ਨੇ ਮਾਰਿਆ ਸੀ ਜੀ ਉੱਥੇ ਖਾਨ ਅਬਦੁਲ ਕਯੂਮ ਖਾਨ ਸਾਹਿਬ ਦਾ, ਬਹੁਤ ਅੱਛਾ ਕੁੱਤਾ ਸੀ ਰਪੀਟਰ, ਬੈਰੀਆ ਟਾਊਨ ਲਾਹੌਰ ਇਹ ਮੈਚ ਹੋਇਆ ਸੀ, ਇਹ ਬਰੜੇ ਨੇ ਉੱਥੇ ਜਿੱਤ ਹਾਸਿਲ ਕੀਤੀ ਸੀ ਜੀ। ਮਲਿਕ ਖਾਲਿਦ ਮਹਿਮੂਦ ਇੰਸਪੈਕਟਰ ਪੰਜਾਬ ਪੁਲਿਸ ਇਲਾਕਾ ਮਨਾਵਾਂ ਵਸਦੇ ਰਹੋ ਜੀ, ਅਸਲਾਮ ਅਲੈਕੁਮ ਜੀ ਮਲਿਕ ਖਾਲਿਦ ਭਾਈ ਜਾਨ। ਬਰੜਾ ਰਪੀਟਰ ਨੂੰ ਮਾਰ ਕੇ ਖਾਨ ਸਾਹਿਬ ਵਾਲੇ ਨੂੰ ਆਲ ਪਾਕਿਸਤਾਨ ਚੈਂਪੀਅਨ, ਕੋਰਾ ਹੀ ਮਰਿਆ ਜੀ, ਕਿਆ ਬਾਤ ਹੈ ਬਰੜੇ ਦੀ। ਨੰਬਰ 5 ਕੁੱਤੇ ਦੇ ਮਾਲਕ ਮਲਿਕ ਇਜਾਜ਼ ਹੁਸੈਨ ਖੋਖਰ ਸਦਰ ਪਾਕ ਇਤਫਾਕ ਗਰੁੱਪ ਰਈਸ ਆਜ਼ਮ ਲਾਹੌਰ, ਇਹਨਾਂ ਦਾ ਕੁੱਤਾ ਰੈਂਬੋ ਕਾਲਾ ਡੱਬਾ ਝੇਡੂਆਂ ਵਾਲੀ ਬਲੱਡ ਲੈਨ ਪਿਓਰ ਸੈਂਡੋ ਦਾ ਬੱਚਾ ਸਿਰਨਾ, ਇਹਦਾ ਵੀ ਇੱਕ ਹੀ ਮੈਚ ਦੱਸਾਂਗਾ, 4-5 ਮੈਚ ਲੜਿਆ ਸੈਂਡੋ ਦਾ ਰੈਂਬੋ, ਇਹ ਵੀ ਕੋਰਾ ਹੀ ਮਰਿਆ ਆਲ ਪਾਕਿਸਤਾਨ ਚੈਂਪੀਅਨ। ਵਾਹ 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 ਸ਼ੌਕ ਸ਼ਿਕਾਰ, ਅੱਜ ਲੈਜੈਂਡ ਟੌਪ 10, ਕਿਆ ਬਾਤ ਹੈ। ਕੁੱਤਾ ਰੈਂਬੋ ਗਾਜ਼ੀ ਡੈਮ ਬਾ ਮੁਕਾਬਲਾ ਸਰਦਾਰ ਇਮਰਾਨ, ਸਰਦਾਰ ਰਿਆਜ਼ ਖਾਨ ਬਾਲੜਾ ਮਰਹੂਮ ਅੱਲਾ ਜੰਨਤ ਅੱਲਾ ਮੁਕਾਮ ਅਤਾ ਫਰਮਾਏ, ਉਹਨਾਂ ਦੇ ਕੁੱਤੇ ਨਾਲ ਲੱਗਿਆ ਸੀ ਜੀ ਛੋਲੇ ਨਾਲ, ਬੜਾ ਮੈਚ ਬੇਲੀਓ ਛੋਲੇ ਨੇ ਸਿਰ ਫੜ ਲਿਆ ਸੀ ਮੱਥਾ ਰੈਂਬੋ ਦਾ, ਛੱਡਿਆ ਨਹੀਂ ਉੱਥੋਂ ਨਾ, ਉਹਨਾਂ ਛੋਲੇ ਨੇ ਮੱਥਾ ਹੀ ਪੁੱਟ ਲਿਆ, ਬੁਰਕੀ ਕੱਢ ਲਈ। ਰੈਂਬੋ ਨੇ ਕਿਹਾ ਨਹੀਂ ਬਈ ਨਹੀਂ, ਛੋਲਿਆ ਤੂੰ ਬਹੁਤ ਚੰਗਾ ਹੈ, ਪਰ ਮੈਂ ਵੀ ਝੇਡੂਆਂ ਵਾਲਿਆਂ ਦੀ ਜਿਹੜੀ ਤਿਆਰ ਕੀਤੀ ਹੋਈ ਬਲੱਡ ਲੈਣ ਅਤੇ ਮੇਰੀ ਸਾਂਭ ਖਾਤਰ ਬੜੀ ਕੀਤੀ ਹੈ ਮਲਿਕ ਇਜਾਜ਼ ਨੇ, ਮੈਨੂੰ ਕੋਈ ਫਰਕ ਨਹੀਂ ਪੈਣਾ, ਦੱਸ ਤੇਰਾ ਪ੍ਰੋਗਰਾਮ ਕੀ ਹੈ। ਉੱਥੇ ਜਨਾਬ ਬਰਾਬਰਾਂ ਦੀਆਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ, ਫਿਰ ਰੈਂਬੋ ਦੀ ਵਾਰੀ ਆਈ, ਰੈਂਬੋ ਨੇ ਮਾਰਿਆ ਜੀ ਛੋਲੇ ਨੂੰ, ਛੋਲੇ ਤੋਂ ਜਿੱਤ ਹਾਸਿਲ ਕੀਤੀ ਰੈਂਬੋ ਨੇ। ਸੈਂਡੋ ਦਾ ਬੱਚਾ ਆਲ ਪਾਕਿਸਤਾਨ ਚੈਂਪੀਅਨ, ਕੋਰਾ ਮਰਿਆ ਜੀ ਉਹ ਪਾਕ ਇਤਫਾਕ ਗਰੁੱਪ ਜੀ ਮਲਿਕ ਇਜਾਜ਼ ਖੋਖਰ ਸਾਹਿਬ ਦਾ ਜ਼ਾਤੀ ਕੁੱਤਾ ਰੈਂਬੋ ਲੈਜੈਂਡ।
ਟੋਪ 10 ਪਾਕਿਸਤਾਨ ਜਨਾਬ ਨੰਬਰ 6 ਕੁੱਤੇ ਦੇ ਮਾਲਕ ਮਲਿਕ ਸ਼ਾਹ ਦਵਾਨ ਬੋਧਾ ਬਾਈ ਚੇਅਰਮੈਨ ਪਾਕ ਇਤਫਾਕ ਗਰੁੱਪ ਰਈਸ ਆਜ਼ਮ ਵਾਲਾ ਪਿੰਡ ਲਾਹੌਰ ਇਹਨਾਂ ਦਾ ਜ਼ਾਤੀ ਕੁੱਤਾ ਕੁੱਤੇ ਦਾ ਨਾਂ ਬਾਦਲ ਵਾਹ ਜੀ ਵਾਹ ਜੀ ਵਾਹ ਜੀ ਕਿਆ ਬਾਤ ਹੈ ਪਿਓਰ ਅਬੂ ਸਈਦ ਕੁਰੈਸ਼ੀ ਵਾਲੇ ਦਾ ਬੱਚਾ ਪੋਤਰਾ ਕਿਆ ਬਾਤ ਹੈ ਜੀ ਉਹ ਮਲਿਕ ਸ਼ਾਹ ਦਵਾਨ ਬੋਧਾ ਬਾਈ ਇਹਦੀ ਮੈਂ ਇੱਕੋ ਹੀ ਤੁਹਾਨੂੰ ਦੱਸ ਦਿੰਦਾ ਕਿ ਸਾਹੀਵਾਲ ਮੈਚ ਹੋਇਆ ਸੀ ਪਾਕ ਇਤਫਾਕ ਗਰੁੱਪ ਦਾ ਮੁਕਾਬਲਾ ਸਰਦਾਰ ਇਮਰਾਨ ਭਾਈ ਜਾਨ ਇਸਲਾਮਾਬਾਦ ਵਾਲਾ ਕੁੱਤਾ ਲੱਗਿਆ ਸੀ ਬਾਦਲ ਨਾਲ ਬੋਧਾ ਭਾਈ ਵਾਲੇ ਨਾਲ ਏਅਰ 'ਚ ਹਵਾ 'ਚ ਛੰਡ ਮਾਰਦਾ ਸੀ ਕਦੀ ਨਹੀਂ ਦੇਖਿਆ ਆਮ ਖਾਸ ਕੁੱਤਿਆਂ ਦਾ ਇਹ ਪ੍ਰੋਗਰਾਮ ਕਿ ਖਰਨਾਲੇ 'ਤੇ ਗਏ ਕੁੱਤੇ ਉੱਥੇ ਹੀ ਛੰਡ ਮਾਰੀ ਇਤਨਾ ਬੜਾ ਜ਼ਖਮ ਕੀਤਾ ਕਿ ਖੂਨ ਦੀਆਂ ਤਤੀਰੀਆਂ ਖੂਨ ਦੇ ਛਿੱਟੇ ਸਾਲਸਾਂ 'ਤੇ ਜਾ ਕੇ ਪਏ ਇਤਨਾ ਜ਼ਾਲਮ ਸੀ ਬਾਦਲ ਅਬੂ ਸਈਦ ਕੁਰੈਸ਼ੀ ਵਾਲਿਆਂ 'ਚੋਂ ਸੀ ਜਨਾਬ ਮੌਜੂਦਾ ਪਿਓਰ ਬਲੱਡ ਸੀ ਅਤੇ ਬੇਲੀਓ ਇਹ ਵੀ ਕੋਰਾਈ ਮਰਿਆ ਬਹੁਤ ਅੱਛੇ ਮੈਚ ਲੇਜੈਂਡ ਟੋਪ 10 ਕੁੱਤਾ ਬਾਦਲ ਮਾਲਿਕ ਮਲਿਕ ਸ਼ਾਹ ਦਵਾਨ ਬੋਧਾ ਬਾਈ ਚੇਅਰਮੈਨ ਪਾਕ ਇਤਫਾਕ ਗਰੁੱਪ ਕਿਆ ਬਾਤ ਹੈ ਸੱਤ ਨੰਬਰ 'ਤੇ ਆ ਗਿਆ ਜੀ ਵੈਸ਼ੀ ਦੇ ਮਾਲਿਕ ਰਾਣਾ ਇਜਾਜ਼ ਅਹਿਮਦ ਖਾਨ ਤਹਿਸੀਲਦਾਰ ਰਾਣਾ ਬਾਬਰ ਰਈਸ ਆਜ਼ਮ ਗੋਜਰਾ ਸਦਰ ਪਾਕ ਸ਼ਹੀਨ ਗਰੁੱਪ ਕਿਆ ਬਾਤ ਹੈ ਜੀ 8 ਮੈਚ ਜੀ ਵੈਸ਼ੀ 8 ਮੈਚ ਲੜਿਆ ਕੋਰਾ ਮਰਿਆ 7 ਜਿੱਤੇ 1 ਬਰਾਬਰ ਮਸ਼ਹੂਰ 2-3 ਮੈਚ ਦੱਸ ਦਿੰਦਾ ਰਿਨਾਲਾ ਖੁਰਦ ਮੈਚ ਹੋਇਆ ਸੀ ਜੀ 6ਵਾਂ ਮੈਚ ਵੈਸ਼ੀ ਦਾ ਅਮਾਨੁੱਲਾ ਨਵਾਬ ਅਮਾਨੁੱਲਾ ਖਾਨ ਸਿਆਲ ਸਾਬਕ MNA ਮਰਹੂਮ ਰਈਸ ਆਜ਼ਮ ਜੰਗ ਉਹਨਾਂ ਦੇ ਰਾਜੂ ਕੁੱਤੇ ਨੂੰ ਮਾਰਿਆ ਜੀ ਫਿਰ ਮੈਚ ਨੰਬਰ 7 ਗਾਂਡੀ ਜੋੜ ਇਹ ਵੀ ਰਿਨਾਲਾ ਖੁਰਦ ਨਵਾਬ ਅਮਾਨੁੱਲਾ ਖਾਨ ਸਿਆਲ ਸਾਬਕ MNA ਮਰਹੂਮ ਅੱਲਾ ਜੰਨਤ ਚਾਲਾ ਮੁਕਾਮ ਅਤਾ ਫਰਮਾਏ ਉਹਨਾਂ ਦੇ ਟੈਗਰ ਨੂੰ ਮਾਰਿਆ ਜੀ ਥਰੂ ਆਊਟ 18-19 ਮਿੰਟਾਂ 'ਤੇ ਜਾ ਕੇ ਵੈਸ਼ੀ ਜਿੱਤਿਆ ਜੀ ਫਿਰ ਜਨਾਬ 8ਵਾਂ ਮੈਚ ਜਦੋਂ ਮੁਕਾਬਲਾ ਹੋਇਆ ਨਾ ਜੀ ਅੱਗਿਓਂ ਕੁੱਤਾ ਸੀ ਹਾਜੀ ਸ਼ੇਰ ਜ਼ਮਾਨ ਦਾ ਔਫ ਚੱਕਵਾਲ ਵੈਸ਼ੀ ਬਿਮਾਰ ਸੀ ਸਾਲਸਾ ਨੇ ਕਿਹਾ ਨਾ ਲੜੋ ਰਾਜਾ ਜਾਵੇਦ ਅਸ਼ਰਫ ਰਾਏ ਜ਼ਿਆਉਲਾ ਔਫ ਕਮਾਲੀਆ ਖਾਨ ਅਬਦੁਲ ਕਯੂਮ ਖਾਨ ਡਾਕਟਰ ਖਾਲਿਦ ਮਹਿਮੂਦ ਸਾਹਿਬ ਇਹਨਾਂ ਨੇ ਕਿਹਾ ਜੀ ਕਿ ਕੁੱਤਾ ਬਿਮਾਰ ਹੈ ਨਾ ਲੜੋ ਹਾਜੀ ਸ਼ੇਰ ਜ਼ਮਾਨ ਸਾਹਿਬ ਨੇ ਕਿਹਾ ਜੀ ਫਿਰ ਨੰਬਰ ਦੇ ਦਿਓ ਅਤੇ ਰਾਣਾ ਇਜਾਜ਼ ਤਹਿਸੀਲਦਾਰ ਸਾਹਿਬ ਨਹੀਂ ਮੰਨੇ ਇਹਨਾਂ ਨੇ ਕਿਹਾ ਨਹੀਂ ਵੈਸ਼ੀ ਲੜੇਗਾ ਲੱਗ ਗਿਆ ਕੁੱਤੇ 20 ਮਿੰਟ ਲੜੇ 8ਵਾਂ ਮੈਚ ਵੈਸ਼ੀ ਦਾ ਬਰਾਬਰ 7 ਜਿੱਤੇ 1 ਬਰਾਬਰ ਲੇਜੈਂਡ ਟੋਪ 10 ਵੈਸ਼ੀ ਰਾਣਾ ਇਜਾਜ਼ ਤਹਿਸੀਲਦਾਰ ਰਾਣਾ ਬਾਬਰ ਰਈਸ ਆਜ਼ਮ ਗੋਜਰਾ ਕਿਆ ਬਾਤ ਹੈ ਮੇਰੇ ਵੀਰਾਂ ਦੀ ਵੈਸ਼ੀ ਪੀਰ ਹਸਨੈਨ ਸ਼ਾਹ ਔਫ ਜਮਲੇਰਾ ਉਹਨਾਂ ਦੇ ਲਾਟੂ ਦਾ ਬੱਚਾ ਸੀ ਜੀ ਜਨਾਬੇ ਅਲੀ ਪਾਕ ਸ਼ਹੀਨ ਗਰੁੱਪ ਜ਼ਿੰਦਾਬਾਦ ਰਾਣਾ ਇਜਾਜ਼ ਤਹਿਸੀਲਦਾਰ ਜ਼ਿੰਦਾਬਾਦ ਮਜ਼ੇ ਆ ਗਏ ਜੀ ਦੇਖੋ ਜੀ ਬਾਡੀ ਦੇਖੋ 32 ਇੰਚ ਵੈਸ਼ੀ ਬਹੁਤ ਲੇਜੈਂਡ ਜਾਨਵਰ ਕੋਰਾ ਹੀ ਮਰਿਆ ਜੀ ਨੰਬਰ 8 ਟੋਪ 10 ਪਾਕਿਸਤਾਨ ਲੇਜੈਂਡ ਕੁੱਤੇ ਦੇ ਮਾਲਿਕ
ਮਾਸਟਰ ਮੁਹੰਮਦ ਅਲੀ ਵੱਟੂ, ਵਾਈਸ ਚੇਅਰਮੈਨ ਆਲ ਪਾਕਿਸਤਾਨ ਪਾਕ ਇਤਫਾਕ ਗਰੁੱਪ, ਮਲਕ ਅਯਾਜ਼ ਖੋਖਰ ਦੇ ਵੀਰ, ਮਾਸਟਰ ਮੁਹੰਮਦ ਅਲੀ ਵੱਟੂ, ਠੱਠਾ ਤਾਰਕਾ ਬੰਗਲਾ ਕੁਗੇਰਾ ਉਕਾੜਾ। ਇਹਨਾਂ ਦਾ ਜ਼ਾਤੀ ਕੁੱਤਾ, ਕੁੱਤੇ ਦਾ ਨਾਂ ਹਲਚਲ ਬੇਲੀਓ। 5 ਮੈਚ ਲੜਿਆ ਜੀ, 3 ਮੈਚ ਇੱਕੋ ਸਾਲ 'ਚ ਲੜ ਗਿਆ, ਫਿਰ ਦੂਸਰੇ ਸਾਲ 2 ਮੈਚ ਹਲਚਲ ਲੜਿਆ ਜੀ। ਤੁਹਾਨੂੰ ਪਤਾ ਕਿ ਨੱਥੇ ਬੋਦਲੇ ਬਹੁਤ ਬੜੇ ਮੈਚ ਹੁੰਦੇ ਸੀ, 8 ਡੋਗਰਾ ਬਹੁਤ ਬੜੇ ਮੈਚ ਹੁੰਦੇ ਸੀ, ਠੱਠਾ ਇਲਾਵਲਕਾ ਬਹੁਤ ਬੜੇ ਮੈਚ ਹੁੰਦੇ ਸੀ, ਪੱਤੋ ਕੀ ਰੋਡੇ ਪਿੰਡ ਬਹੁਤ ਬੜਾ ਕੁੱਤਾ ਸੀ, ਅੱਗਿਓਂ ਕਿੰਗ ਪੱਪੂ ਦਾ ਬੱਚਾ ਸੀ। ਉਹਦੇ ਨਾਲ 25 ਮਿੰਟ ਲੜਿਆ, ਆਖਰੀ ਮੈਚ ਬਰਾਬਰ, 4 ਮੈਚ ਵਿਨਰ, 1 ਮੈਚ ਬਰਾਬਰ। ਕਿਆ ਬਾਤ ਹੈ ਜੀ, ਪਹਿਲਾ ਮੈਚ ਜਿੱਤਿਆ ਜੀ ਹਲਚਲ, ਮਾਸਟਰ ਮੁਹੰਮਦ ਅਲੀ ਵੱਟੂ ਸਾਹਿਬ ਵਾਲਾ, ਆਲਮ ਸ਼ੇਰ ਵਾਲੇ ਦੁੱਲੂ ਵਾਲੇ ਤੋਂ, ਫਿਰ ਸਈਦ ਅਵਾਨ ਵਾਲੇ ਤੋਂ, ਫਿਰ ਤਹਿਸੀਨ ਕੁਰੈਸ਼ੀ ਵਾਲੇ ਤੋਂ, ਅਤੇ ਆਖਰੀ ਤੁਹਾਨੂੰ ਦੱਸਿਆ ਨਾ ਜੀ, ਅਸ਼ਰਫ ਭਾਈ ਮੋਦਾ ਸਾਹਿਬ, ਉਹਨਾਂ ਵਾਲੇ ਪੱਪੂ ਦੇ ਬੱਚੇ ਨਾਲ 25 ਮਿੰਟ ਲੜ ਕੇ ਬਰਾਬਰ, ਅਤੇ ਕੋਰਾ ਹੀ ਮਰਿਆ। ਹਲਚਲ ਇਸ ਦੇ ਮਾਲਕ ਮਾਸਟਰ ਮੁਹੰਮਦ ਅਲੀ ਵੱਟੂ, ਹਲਚਲ ਜਿੱਥੇ ਮੂੰਹ ਰੱਖਦਾ ਸੀ ਬੇਲੀਓ ਸਖਤੀਆਂ, ਉੱਥੋਂ ਹੀ ਖੂਨ ਦੀ ਤਤੀਰੀ ਨਿਕਲਦੀ ਸੀ। ਮੈਂ ਸੱਚ ਕਹਿ ਰਿਹਾ, ਮੈਂ ਆਪਣੇ ਅੱਖੀਂ ਦੇਖਿਆ, ਉੱਥੋਂ ਹੀ 4-6 ਇੰਚ ਜਗ੍ਹਾ ਖੂਨ ਨਾਲ ਭਰ ਜਾਂਦੀ ਸੀ ਜਾਨਵਰ ਦੀ, ਇੰਨਾ ਸਖਤ ਮੂੰਹ ਰੱਖਦਾ ਸੀ, ਬੜਾ ਲੇਜੈਂਡ ਜੀ। ਆਖਰੀ ਮੈਚ ਜਿਹੜਾ ਬੜਾ ਫਸ ਕੇ ਹੋਇਆ ਸੀ ਰੋਡੇ ਪਿੰਡ ਪੱਤੋ ਕੀ, ਪੱਪੂ ਦੇ ਬੱਚੇ ਨਾ, ਅਸ਼ਰਫ ਭਾਈ ਮੋਦੇ ਵਾਲੇ ਨਾ, 25 ਮਿੰਟ ਲੜ ਕੇ ਬਰਾਬਰ, ਕੋਰਾ ਮਰਿਆ ਜੀ ਹਲਚਲ ਜੀ। ਉਹ ਮਾਸਟਰ ਮੁਹੰਮਦ ਅਲੀ ਵੱਟੂ ਜੀ, ਜਨਾਬੇ ਅਲੀ ਨੰਬਰ 9, ਗੱਲ ਮੁੱਕਦੀ ਆ ਕੇ ਨਸਲਾਂ 'ਤੇ, ਤਿਆਰੀ 'ਤੇ, ਕਿਆ ਬਾਤ ਹੈ। 1 ਮੈਚ ਲਾਇਆ ਜੀ ਕਾਲੀ ਮੋਲ ਨੇ, ਅਤੇ 7 ਮੈਚ ਲੜਾਏ ਚੌਧਰੀ ਮੁਹੰਮਦ ਅਲੀ ਚੱਠਾ ਸਾਹਿਬ ਨੇ। ਕੁੱਤਾ ਰੱਤਾ ਡੱਬਾ ਫੱਦਾ, ਬਤੂਨੇ ਦਾ ਪੋਤਰਾ, ਬਤੂਨੇ ਦਾ ਬੱਚਾ ਵਹਿਸ਼ੀ ਕਾਲਾ, ਅਤੇ ਕਾਲੇ ਵਹਿਸ਼ੀ ਦਾ ਬੱਚਾ ਰੱਤਾ ਫੱਦਾ। ਮਾਸੈਡ ਪੀਰ ਰਜ਼ਾ ਸ਼ਾਹ ਵਾਲੇ ਮੌਜੂ ਦੀ ਭੈਣ ਦਾ ਬੱਚਾ ਰੱਤਾ ਫੱਦਾ, 8 ਮੈਚ ਲੜਿਆ ਬੇਲੀਓ ਜੀਓ ਚੌਧਰੀ ਮੁਹੰਮਦ ਅਲੀ ਚੱਠਾ ਸਾਹਿਬ, ਸਦਰ ਆਲ ਪਾਕਿਸਤਾਨ ਚੱਠਾ ਗਰੁੱਪ, ਰਈਸ ਆਜ਼ਮ ਲਾਹੌਰ। ਇਰਤਾ ਬਦਾ ਵੀ ਕਾਲੀ ਮੋਲ ਨੇ ਪੈਦਾ ਕੀਤਾ ਸੀ, ਫਿਰ ਚੱਠਾ ਸਾਹਿਬ ਨੂੰ ਗਿਫਟ ਕਰਤਾ ਸੀ, ਰਾਸ਼ਕੀਆਂ ਨਿਕਲ ਗਈਆਂ ਸੀ। ਇਹਦਾ ਤੁਹਾਨੂੰ ਇੱਕ ਮਸ਼ਹੂਰ ਮੈਚ ਦੱਸ ਦਿੰਦਾ, ਚਕਵਾਲ ਮੈਚ ਹੋਇਆ ਸੀ, ਬੱਲੇ ਬੱਲੇ ਬੱਲੇ, ਹਾਜੀ ਸ਼ੇਰ ਜ਼ਮਾਨ ਸਾਹਿਬ ਦੀ ਤਰਫੋਂ ਇਹ ਲੜਿਆ ਸੀ। ਬਾ ਮੁਕਾਬਲਾ ਜ਼ਬਰਦਸਤ ਗਰੁੱਪ, ਜ਼ਬਰਦਸਤ ਸ਼ੌਕ ਸ਼ਿਕਾਰ। ਇਹਦੇ 'ਤੇ ਜਨਾਬ ਬੜਾ ਅੱਧਾ ਘੰਟਾ ਮੈਚ ਰੁਕਿਆ ਰਿਹਾ ਸੀ, ਰੱਤੇ ਪੱਧੇ 'ਤੇ ਕੁੱਤਾ ਲਾਉਣ ਵਾਸਤੇ ਥੱਲੇ ਦੇ ਤਾ ਰੱਤਾ ਪੱਧਾ, ਕੁੱਤੇ ਕੁੱਤਾ ਲੱਗਾ ਜੀ ਕੋਪਰ, ਬੱਲੇ ਬੱਲੇ ਬੱਲੇ, ਅੱਲਾ ਦਿੱਤੇ ਮਾਛੀ ਅੱਲਾ। ਇਹ ਗਿਫਟ ਹੋ ਗਿਆ ਸੀ ਜੀ ਉਦੋਂ ਜਨਾਬ ਸ਼ਫੀਕ ਭਾਈ ਨੂੰ ਆਫ ਸਮਲੋਠਾ, ਕੋਪਰ ਦੇ ਮਾਲਕ ਸ਼ਫੀਕ ਭਾਈ ਆਫ ਸਮਲੋਠਾ। ਕੋਪਰ ਨੇ ਥਰੂ ਆਊਟ ਮਾਰਿਆ ਫੱਦੇ ਨੂੰ, ਮੈਂ ਉੱਥੇ ਮੌਜੂਦ ਸੀ ਜਦੋਂ ਫੱਦੇ ਨੂੰ
ਕੋਪਰ ਢਾ ਦੇ ਲੈਂਦਾ ਸੀ ਤਾਂ ਥੱਲੇ ਫੱਦਾ ਨਜ਼ਰ ਨਹੀਂ ਸੀ ਆਉਂਦਾ। ਕਾਪਰ 33 ਇੰਚ ਕੁੱਤਾ ਸੀ, ਬਹੁਤ ਬੜਾ। ਬੇਲੀਆਂ ਨੇ ਚੁਣ ਕੇ ਸਿਲੈਕਸ਼ਨ ਕੀਤੀ ਸੀ, ਅੱਧਾ ਘੰਟਾ ਸਿਲੈਕਸ਼ਨ ਹੁੰਦੀ ਰਹੀ ਸੀ ਕਿ ਰੱਤਾ ਫੱਦਾ 7 ਮੈਚ ਵਿਨਰ ਹੈ ਇਹਦੇ 'ਤੇ ਕਿਹੜਾ ਲਾਈਏ। ਫਿਰ ਲੱਗਾ ਸੀ ਸ਼ਫੀਕ ਭਾਈ ਆਫ ਸਮਲੋਠਾ, ਉਹਨਾਂ ਦਾ ਕੋਪਰ ਅੱਲਾ ਅਤੇ ਮਾਛੀ ਵਾਲਾ, ਉਹਨੂੰ ਵੀ ਫੱਦੇ ਨੇ ਮਾਰਿਆ ਜੀ। ਫਿਰ ਵਾਹ 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 ਵਾਹ, ਧੁੰਮਾਂ ਪੈ ਗਈਆਂ, ਰੌਲੇ ਪੈ ਗਏ। 8 ਮੈਚ ਵਿਨਰ, ਲੇਜੈਂਡ, ਟੋਪ 10, ਰੱਤਾ ਫੱਦਾ, ਰੱਤਾ ਡੱਬਾ, ਮਾਲਿਕ ਚੌਧਰੀ ਮੁਹੰਮਦ ਅਲੀ ਚੱਠਾ, ਰਈਸ ਆਜ਼ਮ ਲਾਹੌਰ, ਜਨਾਬੇ ਅਲੀ। 10ਵਾਂ ਬੇਲੀਓ, ਲੇਜੈਂਡ, ਟੋਪ 10, ਪਾਕਿਸਤਾਨ ਦੀ ਤਾਰੀਖ ਜਿਹਦੇ ਤੋਂ ਚੱਲਦੀ ਆ ਰਹੀ ਉਸ ਸ਼ੌਕ ਸ਼ਿਕਾਰ ਤੋਂ, ਰੰਗਣਾ ਵਾਲਾ, ਉਹਦੀ ਇਹ ਤਸਵੀਰ ਹੈ, ਐਡੀ ਅੱਛੀ ਤਾਂ ਨਹੀਂ ਹੈ ਲੇਕਿਨ ਸੁਣੋ। ਰੰਗਣਾ ਵਾਲਾ ਉਹਦੇ ਪਿਓ ਦਾ ਵੀ ਮੈਨੂੰ ਪਤਾ ਜੀ, ਮੈਨੂੰ ਰਾਜਾ ਜ਼ਫਰ ਨੇ ਦੱਸਿਆ ਸੀ। ਰਾਜਾ ਜ਼ਫਰ ਮੋਹਤਰਮ ਬਜ਼ੁਰਗ ਭਾਈਜਾਨ, 38 ਚੱਕ ਚੀਚਾ ਵਤਨੀ, ਕਿ ਇੱਕ ਮੁਸਲੀਆਂ ਕੋਲ ਕੁੱਤਾ ਸੀ, ਮਿਲ ਸੀ ਮੁਸਲੀਆਂ ਕੋ, ਸ਼ੇਖਾਂ ਕੋ, ਉਹਦਾ ਬੱਚਾ ਸੀ ਰੰਗਣਾ ਵਾਲਾ, ਅਤੇ ਰੰਗੜ ਦਾ ਕੀ ਨਾਂ ਸੀ, ਰਾਓ ਸਈਦ ਉਰਫ ਸੇਦੂ ਸਈਦੂ ਰੰਗੜ, 51-12 ਉਕਾੜਾ, ਇਹ ਰੰਗਣਾ ਵਾਲੇ ਦੇ ਮਾਲਕ ਸੀ ਬੇਲੀਓ। ਕਾਲਾ ਬੱਲਾ, ਕਾਲਾ ਡੱਬਾ ਕੁੱਤਾ ਸੀ ਰੰਗਣਾ ਵਾਲਾ, ਉਹਦੀ ਤਸਵੀਰ ਹੈ। ਪਾਕਿਸਤਾਨ, ਏਸ਼ੀਆ, ਪੂਰੀ ਦੁਨੀਆ ਸ਼ੌਕ ਸ਼ਿਕਾਰ ਦੀ ਟੌਪ ਬਲੱਡ ਲੈਨ, ਟੌਪ ਕਲਾਸ, ਟੌਪ 10 ਲੇਜੈਂਡ, ਸਈਦ ਰਾਓ ਸਈਦ ਰੰਗੜ ਵਾਲਾ, ਇਹ ਕੁੱਤਾ ਜੀ ਦੀ ਇਹ ਤਸਵੀਰ ਹੈ ਬੇਲੀਓ। ਅੱਜ ਦਾ ਟੌਪ 10 ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ, ਅਗਰ ਕੋਈ ਕਮੀ ਬਸੀ ਹੋ ਜਾਏ, ਨਹੀਂ ਹੋਏਗੀ ਇਨਸ਼ਾਅੱਲਾ, ਅੱਗੇ ਹੋ ਗਈ ਸੀ ਜਰਾ ਜਲਦੀ 'ਚ, ਇਹ ਟੌਪ 10 ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ। ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ TV ਚੈਨਲ ਬੇਲੀਓ, ਥੋੜ੍ਹੇ ਜਿਹੇ ਸਬਸਕ੍ਰਾਈਬਰ ਰਹਿ ਗਏ, ਫਿਰ ਇਹ 1000 ਹੋ ਜਾਣੇ ਹੈ, ਇੱਕ ਜ਼ੋਰ ਮਾਰ ਕੇ ਸਬਸਕ੍ਰਾਈਬ ਕਰ ਦਿਓ, 1000 ਸਬਸਕ੍ਰਾਈਬਰ ਕਰ ਦਿਓ ਜੀ, 85 ਹੋ ਗਏ, 15 ਸਬਸਕ੍ਰਾਈਬਰ ਦੇ ਦਿਓ ਅੱਜ, 1000 ਕਰ ਦਿਓ, ਫਿਰ ਮੈਂ ਟਾਈਮ ਵਾਚ ਮੇਰਾ ਥੋੜ੍ਹਾ ਜਿਹਾ ਰਹਿ ਜਾਣਾ, ਫਿਰ ਮੇਰਾ ਯੂਟਿਊਬ ਚੈਨਲ ਅਸਦ ਗਿਲਾਨੀ ਰਜਿਸਟਰਡ ਹੋ ਜਾਏਗਾ, ਫਿਰ ਕੋਈ ਆਸ ਉਮੀਦ ਲੱਗ ਜਾਏਗੀ ਤੁਹਾਡੇ ਬੇਲੀਆਂ ਦੇ ਤਾਵਨ ਨਾਲ। ਅੱਜ ਦਾ ਪ੍ਰੋਗਰਾਮ ਮੇਰੇ ਬੇਲੀਆਂ ਨੂੰ ਪਸੰਦ ਆਏਗਾ। ਪਾਕਿਸਤਾਨ ਜ਼ਿੰਦਾਬਾਦ, ਮੇਰੇ ਬੇਲੀ ਜ਼ਿੰਦਾਬਾਦ, ਅਸਲਾਮ ਅਲੈਕਮ।